ਸਸੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਚਿੱਲ ਹਟਰਾਜ ਸਭ ਤੋਂ ਪਹਿਲਾਂ ਮੈਂ ਨਿਊਜ਼ 286 ਦੀ ਟੀਮ ਦਾ ਧੰਨਵਾਦ ਕਰਦਾ ਜੀ ਜੋ ਸਾਡੇ ਕੋਲ ਆਏ ਤੇ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਇਹਨਾਂ ਨੇ ਹਾਂਜੀ ਸਰ ਜੀ ਜਿਹੜਾ ਤੁਸੀਂ ਗਾਉਂ ਦਾ ਸلسلਾ ਕੱਤੋਂ ਸਟਾਰਟ ਕੀਤਾ ਸਰ ਇਹ ਗਾਉਂ ਦਾ ਸلسلਾ ਮੇਰਾ 2008 ਚ ਸ਼ੁਰੂ ਹੋਇਆ ਸੀ ਕਾਲਜ ਟਾਈਮ ਚ ਕਾਲਜ ਚ ਸੀਗੇ ਤੇ ਫੰਕਸ਼ਨ ਵਗੈਰਾ ਹੁੰਦੇ ਰਹਿੰਦੇ ਸੀਗੇ ਉੱਥੇ ਤੇ ਉੱਥੇ ਯਾਰਾਂ ਦੋਸਤਾਂ ਨੇ ਜਿਵੇਂ ਤੁਹਾਨੂੰ ਪਤਾ ਹੀ ਕੋਲ ਉਸ ਟਾਈਮ 'ਚ ਯਾਰਾਂ ਦੋਸਤਾਂ ਨੇ ਹੱਲਾ ਸ਼ੇਰੀ ਦੇਣੀ ਹੋਰ ਮੁੰਡੇ ਹੁੰਦੇ ਸੀਗੇ ਉੱਥੇ ਗਾਉਣੇ ਵਾਲੇ ਉਹਨਾਂ ਨੂੰ ਦੇਖ ਦੇਖ ਕੇ ਸਾਡੇ ਦਿਲ 'ਚ ਵੀ ਹੁੰਦੇ ਸੀ ਗਾਈਏ ਬਾਕੀ ਫਿਰ ਯਾਰ ਦੋਸਤ ਐਜੇ ਸੀਗੇ ਉਹਨਾਂ ਨੇ ਕਹੇ ਚਲ ਤੂੰ ਵੀ ਚੜ ਜਾ ਸਟੇਜ ਤੇ ਬਾਕੀ ਫਿਰ ਉੱਥੋਂ ਹੀ ਸਫ਼ਰ ਸ਼ੁਰੂ ਹੋਇਆ ਜੀ ਆਪਣਾ ਹਾਂਜੀ ਜਿਹੜਾ ਜਿਹੜੇ ਗਾਣੇ ਦੇ ਨਾਲ ਥੋੜਾ ਪਛਾਣ ਬਣੀ ਆ ਉਹ ਗਾਣੇ ਦੀ ਚੰਦਾ ਇਹ ਨਾ ਹੋਣ ਜੀ ਮੇਰਾ ਹੁਣੇ-ਹੁਣੇ ਰੀਸੈਂਟਲੀ ਗਾਣਾ ਰਿਲੀਜ਼ ਹੋਇਆ ਜੀ ਚੰਡੀਗੜ੍ਹ ਸ਼ਹਿਰ ਉਹਦੀਆਂ ਮੈਂ ਤੁਹਾਨੂੰ 2-4 ਲੈਣਾ ਸੁਣਾ ਦਿੰਨਾ ਹੂੰ ਉਹ ਜਿਹੜੇ ਕਰਦੇ ਨੇ ਨਿਤ ਨਮਾਕਾਰ ਆਇ ਥਿਆਕੇ ਉਹ ਘੁੰਮਦੇ ਨੇ ਗੇੜੀ ਰੂਟ ਕੁੜੀਆਂ ਬਿਠਾਕੇ ਉਹ ਜਿਹੜੇ ਕਰਦੇ ਨੇ ਨਿਤ ਨਮਾਕਾਰ ਆ ਇੱਥੇ ਆ ਕੇ ਘੁੰਮਦੇ ਨੇ ਗੇੜੀ ਰੂਟ ਕੁੜੀਆਂ ਬਿਠਾ ਕੇ ਉਹ ਨਾ ਵਿਗੜੇ ਚ ਜਦਿਆਂ ਨੂੰ ਕਿਵੇਂ ਰੋਕੀਏ ਹਰ ਗੱਲ ਉੱਤੇ ਕਹਿੰਦੇ ਜਿਹੜੇ ਸਿਰ ਖੋਲ ਦੋ ਉਹ ਚੰਡੀਗੜ੍ਹ ਸ਼ਹਿਰ ਦੀ ਪੁਲਿਸ ਕਹਿੰਦੀ ਆ ਪਿੰਡਾਂ ਵਾਲੇ ਮੁੰਡਿਆਂ ਤੇ ਰੋਕ ਠੋਕ ਦੋ ਗੇੜੀ ਰੂਟ ਜਾ ਕੇ ਬੜੀ ਹੱਤ ਚੱਕਦੇ ਜਟਾਂਦਿਆਂ ਮੁੰਡਿਆਂ ਤੇ ਰੋਕ ਠੋਕ ਦੋ ਇਹ ਸਥਾਈ ਅਜੀ ਆਪਣੇ ਗਾਣੇ ਦੀ ਚੰਡੀਗੜ੍ਹ ਸ਼ਹਿਰ ਦੀ ਜੀ ਇਹ ਗਾਣਾ ਕਿਨੇ ਲਿਖਿਆ ਸੀ ਇਹ ਗਾਣਾ ਮੁੰਡਾ ਕੈਨੇਡਾ ਤੋਂ ਆ ਜੀ ਜੱਪ ਧਾਲੀਵਾਲ ਜੀ ਉਹਨਾਂ ਦਾ ਲਿਖਿਆ ਹੋਇਆ ਜੀ ਤੇ ਇਹਨਾਂ ਦਾ ਜੋ ਮਿਊਜ਼ਿਕ ਆ ਉਹਨੇ ਕਢੀ ਗੱਲ ਨੇ ਜੀ ਚੰਡੀਗੜ੍ਹ ਤੋਂ ਜੀ ਉਹਨਾਂ ਨੇ ਕਾਫੀ ਵਧੀਆ ਗਾਣੇ ਦਿੱਤੇ ਨੇ ਰੇਸ਼ਨ ਅਮੋਲ ਜੀ ਦਾ ਗਾਣਾ ਕੀਤਾ ਉਹਨਾਂ ਨੇ ਹਿੰਮਤ ਸੰਧੂ ਦਾ ਗਾਣਾ ਕੀਤਾ ਜੀ ਉਹਨਾਂ ਨੇ ਅੰਗਰੇਜ਼ ਵਾਲੀ ਜੀ ਦਾ ਗਾਣਾ ਕੀਤਾ ਗਿੱਪੀ ਗਰਲ ਦੀ ਮੂਵੀ ਇੱਕ ਸੰਧੂ ਹੁੰਦਾ ਸੀ ਬਾਕੀ ਹੋਰ ਕਈ ਗਾਣੇ ਕੀਤੇ ਨੇ ਬਾਕੀ ਕਪਣਾ ਗਾਣਾ ਟਰੈਕ ਆ ਜੀ ਤੇ ਇਹਦਾ ਮਿਕਸ ਮਾਸਟਰ ਕੀਤਾ ਜੀ ਅਮਿਤ ਮੋਂਗੇ ਜੀ ਨੇ ਤੇ ਜੋ ਵੀਡੀਓ ਕੀਤੀ ਹੈ ਜੀ ਉਹ ਹੈਮੀ ਕਾਲੋ ਜੀ ਨੇ ਖਰੜ ਤੇ ਜੋ ਆਪਣੇ ਪ੍ਰੋਡਿਊਸਰ ਨੇ ਜੀ ਆਪਣੇ ਰਿਲੇਟਿਵ ਨੇ ਜੈ ਸ਼ਰਮਾ ਤੇ ਐਸ ਜੀ ਉਹਨਾਂ ਨੇ ਆਪਣੀ ਸਾਰੀ ਸਪੋਰਟ ਕੀਤੀ ਹੈ ਗਾਣੇ ਨੂੰ ਰੱਖ ਕੇ ਫਾਈਨੈਂਸ਼ੀਅਲ ਜਿੰਨੀ ਵੀ ਹੋਈ ਉਹਨਾਂ ਨੇ ਬਤਵਾਂ ਸਪੋਰਟ ਕੀਤੀ ਆਪਣੀ ਜੀ ਤੁਹਾਡੇ ਉਸਤਾਦ ਕੌਣ ਨੇ ਜੀ ਸਾਡੇ ਉਸਤਾਦ ਜੀ ਹੈਗੇ ਨੇ ਜੀ ਖੰਨੇ ਤੋਂ ਜੀ ਕਿੰਗ 뮤직 ਅਕੈਡਮੀ ਤੋਂ ਨੇ ਜੀ ਜੀ ਤੇ ਉਹਨਾਂ ਤੋਂ ਆਪਾਂ ਕਲਾਸਾਂ ਲੈਂਦੇ ਰਹੇ ਮੇਰਾ ਬ੍ਰਦਰ ਹੈ ਜੀ ਇੱਕ ਤਰ੍ਹਾਂ ਦਾ ਜੀ ਉਹ ਕਜ਼ਨ ਆ ਮੇਰਾ ਪੂਆ ਜੀ ਦਾ ਲੜਕਾ ਜੀ ਉਹ ਤੇ ਬਾਕੀ ਕਈ ਸਿੰਗਰਾਂ ਦੀ ਉਹਨਾਂ ਨੇ ਕਾਫੀ ਉਹ ਕੀਤੀ ਆ ਸਪੋਰਟ ਕੀਤੀ ਹਨ ਨੇ ਜਿਵੇਂ ਕਿ ਦਿਲਪੀਟ ਢੱਲੋ ਹੋ ਗਿਆ ਜੀ ਹਰਦੀਪ ਗਰੇਵਾਲ ਹੋ ਗਿਆ ਹੋਰ ਕਾਫੀ ਨਾਮ ਨੇ ਜੀ ਜਿਹੜੇ ਹੁਣ ਮੈਨੂੰ ਵੀ ਨਹੀਂ ਪਤਾ ਜੀ ਕਾਫੀ ਹੁੰਦੇ ਜਾਂ ਅੰਦਰ ਰਹਿੰਦੇ ਹਣੇ ਉਹਨਾਂ ਕੋਲ ਹੀ ਜਿੱਦਾਂ ਕਿ ਤੁਸੀਂ ਸੰਗੀਤ ਦੇ ਵਿੱਚ ਬਹੁਤ ਵਧੀਆ ਗਾ ਰਹੇ ਹੋ ਜੀ ਮੈਂਤ ਕਰਦੇ ਪਿਓ ਥੋੜੀ ਜਿਹਾ ਆਪਣੇ ਕਿਹੜੇ ਕਿਹੜੇ ਸੰਯੋਗੀ ਮਿੱਤਰ ਨੇ ਜਿਨ੍ਹਾਂ ਨੇ ਤੁਹਾਡੀ ਸਪੋਰਟ ਜੀ ਵੱਧ ਤੋਂ ਵੱਧ ਕਰੀ ਹੈ ਆਪਣੇ ਜੀ ਸਾਰੇ ਯਾਰਾਂ ਦੋਸਤਾਂ ਨੇ ਆਪਣੀ ਸਪੋਰਟ ਕੀਤੀ ਜੀ ਸਪੈਸ਼ਲੀ ਆਪਣੇ ਜੀ ਯੂ ਐਸ اے ਤੋਂ ਨੇ ਜੀ ਜੈ ਸ਼ਰਮਾ ਜੀ ਤੇ ਐਸ ਸਿੰਘ ਜੀ ਉਹਨਾਂ ਨੇ ਆਪਣੀ ਬਹੁਤ ਸਪੋਰਟ ਕੀਤੀ ਜੀ ਫਾਈਨੈਂਸ਼ਲੀ ਵੀ ਸਪੋਰਟ ਕੀਤੀ ਹੈ ਜੀ ਪ੍ਰੋਜੈਕਟ ਸ਼ੁਰੂ ਤੋਂ ਲੈ ਕੇ ਪ੍ਰੋਜੈਕਟ ਦੇ ਐਂਡ ਤੱਕ ਸਪੋਰਟ ਕੀਤੀ ਹੈ ਬਾਕੀ ਆਪਣੇ ਯਾਰ ਦੋਸਤ ਹੋਗੇ ਜੀ ਸਾਰਿਆਂ ਨੇ ਬਾਕੀ ਆਪਣੇ ਮਾਇਆ ਪ੍ਰੋਡਕਸ਼ਨ ਤੋਂ ਵੀ ਨੇ ਵੀਰ ਜੀ ਹਣੇ ਤੋਂ ਨਹੀਂ ਮਾਇਆ ਪ੍ਰੋਡਕਸ਼ਨ ਖੰਨੇ ਤੋਂ ਨਹੀਂ ਤੇ ਮਾਇਆ ਪ੍ਰੋਡਕਸ਼ਨ ਦੀ ਪੂਰੀ ਟੀਮ ਨੇ ਆਪਣੀ ਸਪੋਰਟ ਕੀਤੀ ਹੈ ਜੀ ਜਿੰਨੇ ਉਹਨਾਂ ਦੇ ਲਿੰਕ ਚ ਜੋ ਕੰਟੈਕਟ ਸੀਗੇ ਜੀ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਹੈ ਜੀ ਆਪਣੀ ਧੰਨਵਾਦ ਕਿਦਾ ਕਰਨਾ ਚਾਹੁੰਦਾ ਸਪੈਸ਼ਲ ਧੰਨਵਾਦ ਮੈਂ ਆਪਣੇ ਪੇਰੈਂਟਸ ਦਾ ਕਰੂੰਗਾ ਜੀ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਜੀ ਕਈ ਵਾਰ ਹੁੰਦਾ ਜੀ ਕਈ ਵਾਰ ਘਰ ਦੇ ਸਪੋਰਟ ਨਹੀਂ ਕਰਦੇ ਹੁੰਦੇ ਜੀ ਪਹਿਲਾਂ ਪਹਿਲਾਂ ਹੋਇਆ ਜੀ ਬਾਕੀ ਜਦੋਂ ਦੇਖਿਆ ਵੀ ਹਾਂ ਚਲੋ ਜਾ ਰਹੇ ਆ ਉਧਰ ਨੂੰ ਫੇਰ ਸਪੋਰਟ ਕਰਨ ਲੱਗੇ ਜੀ ਆਪਾਂ ਨੂੰ ਵਧੀਆ ਸਪੋਰਟ ਕੀਤੀ ਜੀ ਉਹਨਾਂ ਨੇ ਅੱਜ ਕੱਲ ਮਾਰਕੀਟ ਦੇ ਵਿੱਚ ਕਿਹੜਾ ਨਵਾਂ ਗਾਣਾ ਲੈ ਕੇ ਆ ਰਹੇ ਆ ਅੱਜ ਕੱਲ ਜੀ ਦੋ ਗਾਣੇ ਰੈਡੀ ਨੇ ਜੀ ਆਪਣੇ ਇੱਕ ਟਰਾਈਆਂ ਗਾਣਾ ਜੀ ਉਹ ਕਲਚਰ ਟਾਈਪ ਗਾਣਾ ਜੀ ਇੱਕ ਆਪਣਾ ਜੀ ਟਕੀਲਾ ਗਾਣਾ ਜੀ ਉਹ ਪਾਰਟੀ ਸੌਂਗ ਹੈ ਜੀ ਉਹ ਜੀ ਮਿਊਜ਼ਿਕ ਕੰਪਨੀ ਤੋਂ ਆਉਗਾ ਜੀ ਉਹ ਆਪਣਾ ਹਾਂ ਜੀ ਤੇ ਜਿਹੜੀ ਟਰਾਈਆਂ ਸੌਂਗ ਹੈ ਜੀ ਉਹਨਾਂ ਦਾ ਵੀਡੀਓ ਸੀ ਆ ਦੋ ਚਾਰ ਦਿਨਾਂਾਂ ਚ ਸ਼ੂਟ ਕਰ ਰਹੇ ਆ ਜੀ ਤੇ ਮੁੰਡਾ ਜੀ ਆਪਣਾ ਯਾਰ ਦੋਸਤ ਹੈ ਜੀ ਖੰਨੇ ਤੋਂ ਜੀ ਦਵਿੰਦਰ ਸੇਖੋ ਪੀਬੀ ਪੀਬੀ ਸ਼ਬੀ ਦੇ ਨਾਮ ਤੋਂ ਜੀ ਉਹਨਾਂ ਦਾ ਆਪਣਾ ਸਾਰਾ ਕੁਝ ਹੈ ਜੀ ਸਰ ਜੀ ਥੋੜਾ ਬਹੁਤ ਧੰਨਵਾਦ ਜੀ ਨਿਊ 26 ਨੂੰ ਟਾਈਮ ਦੇਣ ਦਾ ਧੰਨਵਾਦ ਸਰ ਤੁਹਾਡਾ ਵੀ ਸਾਡੇ ਕੋਲ ਲਾਉਣ ਲਈ ਤੇ ਸਾਨੂੰ ਸਰੋਤਿਆਂ ਤੱਕ ਪਹੁੰਚਾਉਣ ਦਾ ਜੀ ਤੇ ਨਿਊਜ਼ 26 ਦੀ ਪੂਰੀ ਟੀਮ ਦਾ ਮੈਂ ਆਪਣੇ ਵੱਲੋਂ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਨਿਊ 26 ਦੇਖਣ ਵਾਲੇ ਤੋਂ ਮੈਂ ਥੋੜਾ ਆਪਣਾ ਬੋਟਾ ਲਵਾਂ ਤੇ ਨਿਊ